ਪਾਉਂਗੇ ਪਿੱਛੇ ਕਰੋ ਥੋੜਾ ਜਿਹਾ ਮੈਂ ਗੱਲ ਕਰੋਗੇ ਪਿੱਛੇ ਕਰੋ ਥੋੜਾ ਜਿਹਾ ਬਹੁਤ ਵੱਡਾ ਜਿਹੜਾ ਪਿਆਰ ਤੇ ਆਸ਼ੀਰਵਾਦ ਕਾਂਗਰਸ ਪਾਰਟੀ ਨੂੰ ਦਿੱਤਾ ਸੱਤ ਲੋਕ ਸਭਾ ਦੇ ਉਮੀਦਵਾਰ ਜਿੱਤੇ ਔਰ ਮੈਂ ਇਹ ਗੱਲ ਕਿਹਾ ਕਰਦਾ ਸੀ ਕਿ ਮੈਨੂੰ ਜਦੋਂ ਤੁਸੀਂ ਲੋਕ ਪੁੱਛਦੇ ਸਾਂ ਵੀ ਕਿੰਨੀਆਂ ਸੀਟਾਂ ਜਿੱਤੋਗੇ ਪਿੱਛੇ ਕਰੋ ਥੋੜ੍ਹਾ ਜਿਹਾ ਤੁਸੀਂ ਮੈਨੂੰ ਇਹ ਪੁੱਛਦੇ ਸੀ ਕਿੰਨੀਆਂ ਸੀਟਾਂ ਜਿੱਤੋਗੇ ਮੈਂ ਅਕਸਰ ਕਿਹਾ ਕਰਦਾ ਸੀ ਕਿ ਮੈਂ ਨੰਬਰ ਨਹੀਂ ਦਿਆਂਗਾ ਪਰ ਕਾਂਗਰਸ ਪਾਰਟੀ ਦਾ ਜਿਹੜਾ ਨੰਬਰ ਹੋਏਗਾ ਉਹ ਸਭ ਤੋਂ ਵੱਡਾ ਹੋਏਗਾ ਔਰ ਅੱਜ ਜੋ ਮੈਂ ਕਹਿੰਦਾ ਸੀ ਉਹ ਗੱਲ ਸਿੱਧ ਹੋ ਗਈ ਕਾਂਗਰਸ ਪਾਰਟੀ ਦਾ ਨੰਬਰ ਵੀ ਸਭ ਤੋਂ ਵੱਡਾ ਹੋਇਆ ਔਰ ਵੋਟ ਪਰਸੈਂਟੇਜ ਵੀ ਕਾਂਗਰਸ ਪਾਰਟੀ ਨੇ ਅੱਜ ਪੰਜਾਬ ਦੇ ਅੰਦਰ ਸਭ ਤੋਂ ਵੱਡੀ ਪਾਰਟੀ ਦੀ ਆਪਣੀ ਜਗ੍ਹਾ ਬਣਾਈ ਹੈ ਮੇਰੇ ਨਾਲ ਨਾਲ ਮੈਂ ਲੁਧਿਆਣਾ ਦੇ ਸਮੂਹ ਲੋਕਾਂ ਦਾ ਜਿਹੜੀ ਮੇਰੀ ਜਿੱਤ ਹੈ ਉਹਦਾ ਮੈਂ ਸਿਹਰਾ ਲੁਧਿਆਣਾ ਦੇ ਲੋਕਾਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਦੇਣਾ ਚਾਹੁੰਦਾ ਕਿਉਂਕਿ ਜਿਸ ਤਰੀਕੇ ਦਾ ਉਹਨਾਂ ਨੇ ਮੈਨੂੰ ਪਿਆਰ ਦਿੱਤਾ ਉਹ ਬੇਮਿਸਾਲ ਸੀ ਔਰ ਮੈਂ ਇਹ ਵੀ ਗੱਲ ਗੁਰੇਜ਼ ਨਹੀਂ ਕਰਾਂਗੇ ਕਿ ਅੱਜ ਆਹ ਜਿਹੜੀ ਦਾਖੇ ਨੇ ਜਿੱਤ ਦਿੱਤੀ ਹੈ ਮੈਨ ਆਫ ਦੀ ਮੈਚ ਸੰਦੀਪ ਸਿੰਘ ਸੰਧੂ 33,000 ਵੋਟਾਂ ਦੇ ਨਾਲ ਕਮਾਲ ਕਰਤੀ ਵੱਡੇ ਭਰਾਵਾਂ ਵਾਲਾ ਫਰਜ਼ ਔਰ ਤਲਵਾਰ ਸਾਹਿਬ ਹੋਰਾਂ ਨੇ ਔਰ ਜ਼ਿਲ੍ਹਾ ਪ੍ਰਧਾਨ ਹੁੰਦਿਆਂ ਜਿਸ ਪ੍ਰਕਾਰ ਮੇਰੀ ਮਦਦ ਕੀਤੀ ਹੈ ਔਰ ਕੁਲਦੀਪ ਸਿੰਘ ਵੈਦ ਹੋਰਾਂ ਨੇ ਔਰ ਜਿਸ ਤਰ੍ਹਾਂ ਗਿੱਲਾਂ 'ਚੋਂ ਔਰ ਨਾਲ ਦੀ ਨਾਲ ਹੀ ਬੈਂਸ ਭਰਾਵਾਂ ਨੇ ਸਾਨੂੰ ਜੋ ਬਹੁਤ ਵੱਡਾ ਹੌਸਲਾ ਉਹਨਾਂ ਦੇ ਨਾਲ ਮਿਲਿਆ ਅਖੜੇ ਸਿਮਰ ਬੈਂਸ ਜੀ ਬਲਵਿੰਦਰ ਬੈਂਸ ਜੀ ਖੰਗੂੜਾ ਸਾਹਿਬ ਐਂਡ ਸਾਰੇ ਹੀ ਸਾਡੇ ਲੀਡਰ ਡਾਬਰ ਸਾਹਿਬ ਪਾਂਡੇ ਸਾਹਿਬ ਸਾਡੇ ਸੱਠਾ ਜੀ ਆਸ਼ੂ ਜੀ ਤਮਾਮ ਸਭ ਲੋਕਾਂ ਨੇ ਬਹੁਤ ਚੀਮਾ ਸਾਹਿਬ ਇਹਨਾਂ ਨੇ ਬਹੁਤ ਬੇਹੱਦ ਪਿਆਰ ਦਿੱਤਾ ਔਰ ਜਦੋਂ ਬੈਂਸ ਭਰਾ ਆਏ ਉਦੋਂ ਸਾਡੀ ਕੰਪੇਨ ਨੂੰ ਹੋਰ ਹੰਗਾਰਾ ਮਿਲਿਆ ਅਤੇ ਮੈਨ ਆਫ ਦਾ ਮੈਚ ਮੈਂ ਸੰਦੀਪ ਸੰਧੂ ਨੂੰ ਇਹ ਕਿਹਾ ਇਸ ਕਰਕੇ ਕਿ ਇਹਨੇ ਬੰਦੇ ਨੇ 33,000 ਦੇ ਫਰਕ ਦੇ ਨਾਲ ਜਿਹੜਾ ਦਾਖੇ ਝੰਡਾ ਗੱਡਿਆ ਉਸ ਗੱਲ ਦੀ ਮੈਂ ਆਪਦੇ ਇਸ ਭਰਾ ਨੂੰ ਮੇਰੇ ਵੱਡੇ ਭਰਾ ਨੂੰ ਮੁਬਾਰਕ ਭੇਜ ਦੇਣਾ ਦੇਖੋ ਰਵਨੀਤ ਸਿੰਘ ਬਿੱਟੂ ਦੇ ਹਾਰਨ ਦਾ ਮੈਨੂੰ ਬੇਹੱਦ ਅਫਸੋਸ ਹੈ ਮੇਰੇ ਮਨ ਦੀ ਇੱਛਾ ਸੀ ਕਿ ਮੇਰਾ ਭਰਾ ਅੱਜ ਕਾਂਗਰਸ ਪਾਰਟੀ ਦੇ ਚੁਣਾਵ ਦੇ ਚਿੰਨ੍ਹ ਥੱਲੇ ਚੁਣਾਵ ਲੜਦਾ ਅਤੇ ਰਾਹੁਲ ਗਾਂਧੀ ਦਾ ਘੋੜਾ ਅਤੇ ਸਿਪਾਹੀ ਬਣ ਕੇ ਜਿਵੇਂ 3 ਵਾਰ ਦੇਸ਼ ਦੀ ਲੋਕ ਸਭਾ 'ਚ ਗਿਆ ਸੀ ਅੱਜ 4th ਵਾਰ ਜਾਂਦਾ ਮੈਨੂੰ ਇਸ ਗੱਲ ਦਾ ਬੇਹੱਦ ਪਛਤਾਵਾ ਹੈ ਔਰ ਬੇਹੱਦ ਇਸ ਗੱਲ ਦਾ ਗਿਲਾ ਕਿ ਇੱਕ ਗਲਤ ਲਿਆ ਸਟੈਪ ਸਾਰੀ ਜ਼ਿੰਦਗੀ ਖਰਾਬ ਕਰ ਦਿੰਦਾ ਹੈ ਸੋ ਮੈਨੂੰ ਅਫਸੋਸ ਹੈ ਮੈਨੂੰ ਅਫਸੋਸ ਹੈ ਇਸ ਗੱਲ ਦਾ ਦੇਖੋ ਗੱਲ ਇਹ ਹੈ ਪੋਲੀਟਿਕਸ ਦੇ ਵਿੱਚ ਬਹੁਤ ਵਾਰੀ ਅਸੀਂ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਹਾਂ ਔਰ ਜਿਸ ਪ੍ਰਕਾਰ ਨੀਵੇਂ ਪੱਧਰ ਦੀ ਰਾਜਨੀਤੀ ਕੀਤੀ ਗਈ ਇਹਨਾਂ ਲੋਕਾਂ ਦੁਆਰਾ ਮੈਂ ਸਮਝਦਾ ਉਹ ਨਹੀਂ ਹੋਣੀ ਚਾਹੀਦੀ ਸੀ ਕਿਤੇ ਕਹਿੰਦਾ ਰਾਜੇ ਵੜਿੰਗ ਨੇ ਸਮਰਥਨ ਦਿੱਤਾ ਕਦੇ ਰਾਜੇ ਵੜਿੰਗ 'ਤੇ ਬਹੁਤ ਸਾਰੇ ਇਲਜ਼ਾਮਾਂ ਲਾ ਦਿੱਤੇ ਗਏ ਬਿੱਟੂ ਦੁਆਰਾ ਮੈਨੂੰ ਇਹ ਉਮੀਦ ਨਹੀਂ ਸੀ ਕਿ ਇੱਕ ਯੰਗ ਨੌਜਵਾਨ ਸਾਥੀ ਜਿਹੜਾ ਕਦੇ ਪੁਰਾਣਾ ਸਾਥੀ ਰਿਹਾ ਹੋਵੇ ਇਸ ਤਰ੍ਹਾਂ ਦੀ ਨੀਚਲੇ ਪੱਧਰ ਦੀ ਸਿਆਸਤ ਕਰੇਗਾ ਔਰ ਬਹੁਤ ਸਾਰੇ ਲੋਕਾਂ ਨੂੰ ਰਾਤ ਨੂੰ ਟੈਲੀਫੋਨ ਕਰਕੇ ED ਦਾ ਇਨਕਮ ਟੈਕਸ 'ਤੇ ਡਰਾਵੇ ਪਾਏ ਗਏ ਇਹ ਮੇਰੇ ਭਰਾ ਨੂੰ ਇਹਨਾਂ ਲੋਕਾਂ ਨੂੰ ਸ਼ੋਭਾ ਨਹੀਂ ਦਿੰਦੇ ਸਨ ਔਰ ਜਿਹੜਾ ਪੱਪੀ ਪਰਾਸ਼ਰ ਦੇ ਨੌਜਵਾਨ ਉਹ ਮੁੰਡੇ ਨੇ ਕੀਤਾ ਮੇਰੇ ਨਾਲ ਮੇਰੀਆਂ ਮਿੰਨਤਾਂ ਕਰਕੇ ਗਲੀ 'ਚੋਂ ਉੱਧਰ ਨੂੰ ਮੇਰਾ ਹੱਥ ਫੜਿਆ ਅਤੇ ਇਹ ਗੱਲ ਕਹਿ ਦੇਣੀ ਕਿ ਰਾਜਾ ਵੜਿੰਗ ਸਾਨੂੰ ਸਮਰਥਨ ਦੇ ਗਿਆ ਔਰ ਮੈਂ ਸਮਝਦਾ ਇਹ ਗੰਦੀ ਰਾਜਨੀਤੀ ਹੈ ਇਸ ਗੰਦੀ ਰਾਜਨੀਤੀ ਤੋਂ ਸਾਨੂੰ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਗਰੇਜ਼ ਕਰਨਾ ਚਾਹੀਦਾ ਹੈ ਜਿਹੜੀ ਨਾਰਾ ਲਾਇਆ ਸੀ 400 ਪਾਰ ਕਿਸ ਤਰੀਕੇ ਨਾਲ ਦੇਖਦੇ ਹੋ ਤਾਂ ਮੈਂ ਤਾਂ ਪਹਿਲਾਂ ਹੀ ਕਹਿਤਾ ਸੀ
ਕਿ ਮੋਦੀ ਸਾਹਿਬ ਇਹ ਨਾਰਾ ਲਾਉਣਾ ਬੰਦ ਕਰ ਗਏ ਨੇ, ਅਬ ਕੀ ਬਾਰ 400 ਵਾਰ ਫਿਰ ਕਹਿਣ ਲੱਗੇ ਸੀ ਸਥਿਰ ਸਰਕਾਰ। ਮੈਂ ਤਾਂ ਇਹ ਵੀ ਕਹਿਤਾ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਲੁਧਿਆਣਾ ਆਉਣ ਤੋਂ ਉਹਨਾਂ ਨੇ ਗ੍ਰੇਜ਼ ਕੀਤਾ, ਕਿਉਂਕਿ ਉਹਨਾਂ ਨੂੰ ਪਤਾ ਸੀ ਮੈਂ ਚੋਣਾਂ ਹਾਰ ਰਿਹਾ। ਮੈਂ ਇਹ ਗੱਲ ਕਿਹਾ ਕਰਦਾ ਸੀ ਜਦੋਂ ਭਗਵੰਤ ਮਾਨ ਇਹ ਗੱਲ ਕਹਿੰਦੇ ਸਨ ਵੀ 13-0। ਮੈਨੂੰ ਪੱਤਰਕਾਰ ਸਾਥੀ ਪੁੱਛਦੇ ਸੀ ਕਿ ਤੁਹਾਨੂੰ ਕਿੱਦਾਂ ਨੰਬਰ ਆਏਗਾ, ਤੇ ਮੈਂ ਹਮੇਸ਼ਾ ਇਹ ਕਹਿੰਦਾ ਸੀ ਮੈਂ ਨੰਬਰ ਦੀ ਗੱਲ ਨਹੀਂ ਕਰਾਂਗਾ। ਮੈਨੂੰ ਇਹ ਪਤਾ ਹੈ ਕਿ ਕਾਂਗਰਸ ਪਾਰਟੀ ਦਾ ਸਭ ਤੋਂ ਵੱਡਾ ਨੰਬਰ ਆਏਗਾ। ਉਹ ਅੱਜ ਬਿਲਕੁਲ ਕਾਂਗਰਸ ਪਾਰਟੀ ਦਾ ਸਭ ਤੋਂ ਵੱਡਾ ਨੰਬਰ ਆਇਆ, ਔਰ ਮੈਂ ਪੰਜਾਬ ਦੇ ਲੋਕਾਂ ਦੇ ਚਰਨਾਂ ਦੇ ਥੱਲੇ ਪਈ ਮਿੱਟੀ ਨੂੰ ਨਮਸਕਾਰ ਕਰਕੇ ਉਹਨਾਂ ਦਾ ਧੰਨਵਾਦ ਕਰਦਾ।